जी सत श्री अकाल दोस्तों, एक बार फिर प्रोग्राम खुंड चर्चा दे विच तुहाडा हार्दिक स्वागत है। जिस तरह दोस्तों तुसीं जानदे हो कि अज असीं बाबा बंदा सिंह बहादुर चप्परचिड़ी दे ग्राउंड दे विच बैठे हाँ। असीं अज सोचा सी कि क्योंकि सर्दी का मौसम है और स्टूडियोज़ दे विच हुण अजकल ठंड का मौसम भी हो गया लहल साहब, अपना मन च इच्छा सी ਵੀ ਆਪਾਂ ਕਿਉਂ ਨਾ ਮਿੱਠੀ ਮਿੱਠੀ ਧੁੱਪ ਦੇ ਵਿੱਚ ਸਨੀ ਮੌਸਮ ਦੇ ਵਿੱਚ ਆਪਾਂ ਸ਼ੋਅ ਕੀਤਾ ਜਾਵੇ। ਬਿਲਕੁਲ ਬਿਲਕੁਲ ਜੀ, ਪਹਿਲਾਂ ਤਾਂ ਸਾਰੇ ਸੰਸਾਰ 'ਚ ਦੇਖ ਰਹੇ ਸਾਨੂੰ ਸਾਡੇ ਸਰੋਤੇ ਉਹਨਾਂ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਸਤਿ ਸ਼੍ਰੀ ਅਕਾਲ। ਸੋ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜੀ ਸਰਦੀ ਸ਼ੁਰੂ ਹੋ ਗਈ ਹੈ ਅਤੇ ਸਰਦੀਆਂ ਦੇ ਦੌਰਾਨ ਮੋਸਟਲੀ ਇਹ ਹੁੰਦਾ ਵੀ ਜਿਹੜੀ ਧੁੱਪ ਹੈ ਤੁਸੀਂ ਸੇਕੀ ਜਾਵੇ। ਇਹਦੇ ਕਿ ਦੋ ਫਾਇਦੇ, ਇੱਕ ਤਾਂ ਅਸੀਂ ਬਾਬਾ ਬੰਦਾ ਬਹਾਦਰ ਦੀ ਜਿਹੜੀ ਮਜ਼ਾਰ ਹੈ ਇੱਥੇ ਚੱਪਰਚਿੜੀ ਉਹਦੇ ਵੀ ਦਰਸ਼ਨ ਕਰ ਲਾਂਗੇ ਅਤੇ ਨਾਲ ਸਾਡਾ ਜਿਹੜਾ ਹੈਗਾ ਵਿਟਾਮਿਨ ਡੀ ਹੈ ਉਹ ਵੀ ਸਾਨੂੰ ਧੁੱਪ 'ਚੋਂ ਮਿਲੂਗਾ। ਸੋ ਇਹਦੇ ਨਾਲ ਸਾਡੇ ਵੀ ਹੌਸਲੇ ਵਧਣਗੇ। ਸੋ ਅਸੀਂ ਬਾਹਰ ਬੈਠੇ ਹਾਂ ਅਤੇ ਹੁਣ ਅਸੀਂ ਤੁਹਾਡੇ ਨਾਲ ਅੱਗੇ ਚਰਚਾ ਜਿਹੜੀ ਕਰਨ ਲੱਗੇ ਹਾਂ ਅਤੇ ਉਹ ਚਰਚਾ ਦਾ ਵਿਸ਼ਾ ਕੁਲਵੰਤ ਗਿੱਲ ਜੀ ਦੱਸਦੇ ਨੇ ਵੀ ਕਿਹਦੇ 'ਤੇ ਆਪਾਂ ਚਰਚਾ ਜਿਹੜੀ ਕਰਨੀ ਹੈ। ਸੋ ਸਾਨੂੰ ਸੁਝਾਅ ਜ਼ਰੂਰ ਦੇ ਦਿਆ ਕਰੋ, ਕਈ ਵਾਰ ਸਾਡੇ ਕੋਲ ਵੀ ਗਲਤੀਆਂ ਹੋ ਸਕਦੀਆਂ ਨੇ, ਕੁਛ ਇਸ ਢੰਗ ਦਾ ਅਸੀਂ ਜੋ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ, ਹੋ ਸਕਦਾ ਉਹਨਾਂ 'ਚ ਕੁਛ ਨਾ ਕੁਛ ਘਾਟਾਂ ਵਾਧਾ ਹੋਣ, ਪਰ ਤੁਸੀਂ ਸਾਡੇ ਸਾਨੂੰ ਸਹੀ ਢੰਗ ਦੇ ਨਾਲ ਸਹੀ ਸਮੇਂ 'ਤੇ ਸਹੀ ਸਲਾਹ ਦਿਓਗੇ ਤਾਂ ਅਸੀਂ ਆਪਣੇ ਆਪ ਨੂੰ ਹੋਰ ਵੀ ਸੁਧਾਰ ਵੱਲ ਵਧਾਂਗੇ। ਜੀ ਬਿਲਕੁਲ ਜੀ, ਇਸ ਤਰ੍ਹਾਂ ਤੁਹਾਨੂੰ ਪਤਾ ਕਿ ਪੋਲੀਟੀਕਲ ਮਸਲੇ ਬਹੁਤ ਜ਼ਿਆਦਾ ਨੇ ਔਰ ਇਹਨਾਂ ਬੀਤੇ ਦਿਨਾਂ ਦੇ ਵਿੱਚ ਕਾਫੀ ਹਿਲਜੁਲ ਹੋਈ ਹੈ, ਜਿੱਥੇ ਕਾਂਗਰਸ ਪਾਰਟੀ ਨੇ ਲਹਿਲ ਸਾਹਿਬ ਬੜਾ ਜ਼ੋਰ ਲਾਇਆ ਸੀ ਜੀ ਪੰਜ ਰਾਜਾਂ ਦੇ ਵਿੱਚ, ਔਰ ਤੁਹਾਨੂੰ ਵੀ ਪਤਾ ਕਿ ਸਿਰਫ ਇੱਕ ਨੂੰ ਛੱਡ ਕੇ ਚਾਰ ਦੇ ਉੱਪਰ ਕਰਾਰੀ ਹਾਰ ਹੋਈ ਹੈ ਜੀ ਜੀ। ਔਰ ਜਿੱਥੋਂ ਕਾਂਗਰਸ ਦੇ ਸਾਰੇ ਜਿੰਨੇ ਵੀ ਲੀਡਰ ਸੀ ਇਹ ਬਾਗੜ ਵੇਲੇ ਇਹ ਸਾਰੇ ਇਕੱਠੇ ਹੋ ਗਏ ਸੀ ਭਾਜਪਾ ਦੇ ਖਿਲਾਫ, ਇਹਨਾਂ ਨੇ ਬਗਾਵਤ ਜਿਹੜੀ ਹੈਗੀ ਹੈ ਉਹ ਛੇੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਨਰਿੰਦਰ ਮੋਦੀ ਸਾਹਿਬ ਦਾ ਜਾਦੂ ਜਿਹੜਾ ਹੈ ਲਹਿਲ ਸਾਹਿਬ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ, ਬਰਕਰਾਰ ਹੈ। ਬਿਲਕੁਲ, ਕਿਉਂਕਿ ਜੇ ਆਪਾਂ ਨਰਿੰਦਰ ਮੋਦੀ ਦੀ ਪਾਪੂਲਰਿਟੀ ਦੀ ਗੱਲ ਕਰੀਏ ਜਾਂ ਨਰਿੰਦਰ ਮੋਦੀ ਸਾਹਿਬ ਦੀ ਆਪਾਂ ਥਿਊਰੀ ਦੀ ਗੱਲ ਕਰੀਏ, ਹੈ ਨਾ, ਅਥੈਂਟਿਕ ਦੀ ਗੱਲ ਕਰੀਏ, ਤਾਂ ਕਾਂਗਰਸ ਪਾਰਟੀ ਕਿਤੇ ਵੀ ਨਰਿੰਦਰ ਮੋਦੀ ਨੂੰ ਕਮਜ਼ੋਰ ਨਹੀਂ ਕਰ ਪਾਈ। ਹਾਲਾਂਕਿ ਇਹਨਾਂ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੀ ਕਾਫੀ ਪੈਸਾ ਬਰਬਾਦ ਕੀਤਾ ਜੀ, ਪੰਜਾਬ ਦਾ ਪੈਸਾ ਬਰਬਾਦ ਹੋਇਆ, ਦਿੱਲੀ ਦਾ ਪੈਸਾ ਬਰਬਾਦ ਹੋਇਆ, ਹੋਰ ਪਤਾ ਨਹੀਂ ਕਿਹੜੇ ਕਾਰੋਬਾਰੀਆਂ ਦਾ ਪੈਸਾ ਬਰਬਾਦ ਕੀਤਾ ਹੋਣਾ, ਪਰ ਪੰਜਾਬ ਦੀ ਲੀਡਰਸ਼ਿਪ ਵੀ ਦਿੱਲੀ ਜਾ ਉੱਥੇ ਬੈਠੀ ਰਹੀ, ਵੱਖ ਵੱਖ ਰਾਜਾਂ ਵਿੱਚ ਭਗਵੰਤ ਮਾਨ ਨੇ ਜਾ ਜਾ ਕੇ ਪ੍ਰਚਾਰ ਕੀਤਾ, ਕਈ 100 ਕਰੋੜ ਰੁਪਏ ਖਰਚ ਕੀਤਾ, ਪਰ ਫਿਰ ਵੀ ਜਿਹਨੂੰ ਕਹਿ ਸਕਦੇ ਹਾਂ ਵੀ ਭਾਜਪਾ ਨੂੰ ਜਾਂ ਕਾਂਗਰਸ ਨੂੰ ਕੋਈ ਬਹੁਤਾ ਫਰਕ ਨਹੀਂ ਪਾ ਸਕੀ ਆਮ ਆਦਮੀ ਪਾਰਟੀ, ਔਰ ਨੋਟਾਂ ਨਾਲੋਂ ਘੱਟ ਵੋਟਾਂ ਪਈਆਂ ਆਮ ਆਦਮੀ ਪਾਰਟੀ। ਕੀ ਕਹਿਣਾ ਚਾਹੁੰਦੇ ਜੀ? ਮੇਰਾ ਪਹਿਲਾ ਸਵਾਲ ਇਹ ਹੈ ਕਿ ਭਾਜਪਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੁਣ ਰਾਜਾਂ ਨੇ, ਕੀ ਪੰਜਾਬ ਦੀਆਂ ਚੋਣਾਂ ਜਿਹੜੀਆਂ 2024 ਦੀਆਂ ਆ ਰਹੀਆਂ ਨੇ, ਕੀ ਉਹਦੇ ਇੰਪੈਕਟ ਪਊਗਾ ਇਹਨਾਂ ਗੱਲਾਂ ਦਾ? ਹਾਂ ਅੰਗਲ ਸਾਹਿਬ, ਗੱਲ ਇਹ ਹੈ ਕਿ ਭਾਵੇਂ ਭਾਜਪਾ ਦੇ ਉੱਤੇ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਵੀ ਰਾਜਨੀਤੀ ਜਿਹੜੀ ਭਾਜਪਾ ਦੀ ਜਿਹੜੀ ਆਪਣੀ ਜਿਹੜੀ ਸਮਝ ਹੈ ਉਹ ਵੱਖਰੀ ਗੱਲ ਹੈ ਕਿ ਭਾਜਪਾ ਦੀ ਇਹ ਸਮਝ ਸੀ ਕਿ ਅਸੀਂ ਇੱਕ ਭਾਸ਼ਾ ਅਤੇ ਇੱਕ ਰਾਜ ਬਣਾਉਣਾ, ਇੱਕ ਦੇਸ਼ ਇੱਕ ਭਾਸ਼ਾ, ਇਹ ਗੱਲ ਵੱਖਰੀ ਸੀ ਕਿ ਉਹ ਇਸ ਹਿੰਦੁਸਤਾਨ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ, ਇਹ ਵੀ ਗੱਲ ਸੀ ਜੀ। ਔਰ ਤੀਸਰੀ ਸੀ ਵੀ ਜਿਹੜੇ ਵੀ ਘੱਟ ਗਿਣਤੀਆਂ ਵਾਲੇ ਸਾਡੀ ਕਮਿਊਨਿਟੀ ਹੈ ਉਹਨੂੰ ਵੀ ਦਬਾਉਣਾ ਚਾਹੁੰਦੇ ਨੇ। ਪਿਛਲੇ ਲੰਮੇ ਸਮੇਂ 'ਚ ਇਹ ਸਾਰੀਆਂ ਤਿੰਨ ਗੱਲਾਂ ਜਿਹੜੀਆਂ ਚਾਰ ਗੱਲਾਂ ਸੀ ਉੱਭਰ ਕੇ ਸਾਹਮਣੇ ਆਈਆਂ ਜੀ, ਪਰ ਸਾਡੀ ਵਿਰੋਧੀ ਧਿਰਾਂ ਜਿਹੜੀਆਂ ਸੀ, ਚਾਹੇ ਉਹ ਕਾਂਗਰਸੀ ਚਾਹੇ ਹੋਰ ਵੱਖ ਵੱਖ ਸਟੇਟਾਂ ਦੇ ਅੰਦਰ ਸੀ, ਉਹ ਇਹਨਾਂ ਤਿੰਨਾਂ ਗੱਲਾਂ ਤੋਂ ਲੋਕਾਂ ਦਾ ਧਿਆਨ ਜਿਹੜਾ ਉਹ ਕੇਂਦਰਿਤ ਜਿਹੜਾ ਹੋਇਆ ਸੀ ਉਹਨੂੰ ਹਟਾ ਨਹੀਂ ਸਕੇ। ਉਹਦੇ 'ਚ ਬਹੁਤ ਵੱਡੀਆਂ ਕਮੀਆਂ ਸੀ ਕਿਉਂਕਿ ਅਸੀਂ ਜਿੱਥੋਂ ਤੱਕ ਕਾਂਗਰਸ ਦੀ ਰਾਜ ਦੀ ਗੱਲ ਕਰਦੇ ਹਾਂ ਅਤੇ ਕਾਂਗਰਸ ਦੇ ਇਸ ਵੇਲੇ ਜਿਹੜੇ ਰਾਹੁਲ ਗਾਂਧੀ ਨੇ, ਭਾਵੇਂ ਉਹਨਾਂ ਨੇ ਪਿਛਲੇ ਸਮੇਂ ਇੱਕ ਭਾਰਤ ਜੋੜੋ ਯਾਤਰਾ ਜਿਹੜੀ ਵੀ ਸ਼ੁਰੂ ਕੀਤੀ, ਪਰ ਉਹਦੀ ਭਾਰਤ ਜੋੜੋ ਯਾਤਰਾ ਵੀ ਜਿਹੜੀ ਹੈ ਉਹ ਇੰਨੀ ਸਫਲ ਨਹੀਂ ਹੋ ਪਾਈ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਤਾਂ ਹੈ ਜਿਹਦੀ ਵਜ੍ਹਾ ਕਰਕੇ ਕਾਂਗਰਸ ਆਪਣੇ ਆਪ ਨੂੰ ਉਭਾਰ ਨਹੀਂ ਸਕੀ। ਹੋ ਸਕਦਾ ਲੈ ਸਭ ਪੁਰਾਣੇ ਸਕੈਂਡਲ ਜਿਹੜੇ ਏਡੇ ਹੋਏ ਨੇ ਜੀ ਉਹ ਕਾਂਗਰਸ ਪਾਰਟੀ ਨੇ ਕੀਤੇ ਨੇ। ਉਹਦੇ ਵੱਡੇ ਪੱਧਰ ਦੇ ਉੱਤੇ ਇਹ ਸੀ ਵੀ ਅੱਜ ਜਿਹੜੀ ਹੈ ਹਿੰਦੁਸਤਾਨ ਦੇ ਪੱਧਰ ਦੇ ਉੱਤੇ ਭਾਜਪਾ ਅਤੇ ਕਾਂਗਰਸ ਇੱਕ ਦੋ ਜਿਹੜੀਆਂ ਨੇ ਉਹ ਪਾਰਟੀਆਂ ਮੰਨੀਆਂ ਜਾ ਸਕਦੀਆਂ, ਭਾਵੇਂ ਕਿ ਸਟੇਟਾਂ ਦੇ ਅੰਦਰ ਜਿਹੜੀ ਸਾਡੀ ਹੈਗੀ ਆ ਖੇਤਰੀ ਪਾਰਟੀਆਂ ਹੈਗੀਆਂ ਨੇ ਜਾਂ ਪੰਜਾਬ ਦੇ ਅੰਦਰ ਚਾਹੇ ਆਮ ਆਦਮੀ ਪਾਰਟੀ ਦੀ ਵੀ ਗੱਲ ਕਰ ਲਈਏ ਸੈਂਟਰ ਦੇ ਉਹਦੇ ਦਿੱਲੀ 'ਚ, ਤਾਂ ਉਹ ਆਪਣੇ ਆਪ ਨੂੰ ਇੱਕ ਤੀਜੀ ਜਿਹੜੀ ਹੈ ਉਹ ਜਿਹੜੀ ਆ ਉਹ ਪਾਰਟੀ ਨੈਸ਼ਨਲ ਪਾਰਟੀ ਆਪਣੇ ਆਪ ਨੂੰ ਅਖਵਾਉਂਦੀ ਰਹੀ ਆ। ਸੋ ਇਹ ਸਾਰਾ ਕੁਛ ਜੋ ਉਹ ਹੁਣ ਤੱਕ ਹੁੰਦਾ ਰਿਹਾ
ਤੇ ਲੋਕਾਂ ਨੇ ਹਿੰਦੁਸਤਾਨ ਪੱਧਰ ਤੇ 17 ਸੂਬਿਆਂ ਦੇ ਅੰਦਰ ਅੱਜ ਭਾਜਪਾ ਦਾ ਰਾਜ ਹੈ। ਬਿਲਕੁਲ। ਤੇ ਉਹਨਾਂ ਸੂਬਿਆਂ ਨੇ ਨਕਾਰਿਆ ਜਿੰਨਾ ਥਾਵਾਂ ਤੇ ਭਾਜਪਾ ਦੀ ਸਰਕਾਰ ਪਹਿਲਾਂ ਵੀ ਸੀ ਇਸ ਚੋਣਾਂ ਤੋਂ ਪਹਿਲਾਂ ਉਹ ਬਰਕਰਾਰ ਰਹੀ ਹੈ, ਪਰ ਜਿੱਥੇ ਕਾਂਗਰਸ ਦੀ ਸਰਕਾਰ ਸੀ ਉਹਨੂੰ ਟਾਕੇ ਦੀ ਲੱਗੀ ਤੇ ਕਾਂਗਰਸ ਜਿਹੜੀ ਆ ਬਹੁਤ ਘੱਟ ਤੇ ਆ ਕੇ ਡਿੱਗੀ ਹੈ। ਸੋ ਇਹਦੇ ਚੋਣਾਂ ਦੇ ਅੰਦਰ ਕਾਂਗਰਸ ਨੇ ਹਰ ਤਰੀਕੇ ਦਾ ਹਰ ਯਤਨ ਵਰਤਿਆ, ਫਰੀ ਦੀਆਂ ਸੁੱਖ ਸਹੂਲਤਾਂ ਵੀ ਦਿੱਤੀਆਂ ਲੋਕਾਂ ਦੇ ਮਨਾਂ ਨੂੰ, ਮਤਲਬ ਜਿਹੜੇ ਉਹ ਫਰੀ ਦੇ ਲਾਲਚ ਦੇ ਕੇ ਵੀ ਕੀਤਾ, ਪਰ ਉਹ ਇਹ ਆਪਣੀ ਜਿਹੜੀ ਆ ਉਹ ਜਿਹੜੀ ਤਾਕਤ ਉਹਨੂੰ ਦਿਖਾ ਨਹੀਂ ਸਕੀ। ਜਿੱਥੋਂ ਤੱਕ ਤੀਸਰੀ ਪਾਰਟੀ ਦੀ ਗੱਲ ਕਰਦੇ ਸਾਂ ਆਪਾਂ, ਖੇਤੀ ਤੇ ਅਲੱਗ ਨੇ, ਬਿਲਕੁਲ, ਜਿਹੜੀ ਆਪਣੀ ਇਹ ਕਹਿੰਦੀ ਸੀ ਵੀ ਅਸੀਂ ਇੱਕ ਨੈਸ਼ਨਲ ਪਾਰਟੀ ਜਿਹੜੀ ਆ ਉਹ ਬਣ ਗਈ ਆ ਆਮ ਆਦਮੀ ਪਾਰਟੀ। ਬਿਲਕੁਲ। ਆਮ ਆਦਮੀ ਪਾਰਟੀ ਨੇ ਖਾਸ ਕਰਕੇ ਪੰਜਾਬ ਤੋਂ, ਕਿਉਂਕਿ ਦੋ ਥਾਵਾਂ ਤੇ ਉਹਨਾਂ ਦਾ ਰਾਜ ਆ, ਇੱਕ ਪੰਜਾਬ ਚ ਹੈ ਤੇ ਇੱਕ ਦਿੱਲੀ ਚ, ਦਿੱਲੀ ਦੇ ਮੁੱਖ ਮੰਤਰੀ ਨੂੰ ਕੇਜਰੀਵਾਲ ਨੂੰ ਇੱਕ ਨੈਸ਼ਨਲ ਹੀਰੋ ਬਣਾਉਣ ਵਾਸਤੇ ਭਗਵੰਤ ਮਾਨ ਨੇ ਹਰ ਯਤਨ ਕੀਤਾ ਜੀ ਜੀ, ਟੋਟਕਿਆਂ ਨਾਲ ਵੀ, ਇਦਾਂ ਦੇ ਭਾਵਕ ਜਿਹੜੇ ਉਹ ਪ੍ਰੈਸ ਨੋਟਾਂ ਨਾਲ ਵੀ, ਔਰ ਪੰਜਾਬ ਦਾ 500 ਤੋਂ ਵੱਧ ਕਰੋੜ ਜਿਹੜਾ ਰੁਪਈਆ ਉਹ ਲੱਗ ਗਿਆ, ਉਹ ਲਾਤਾ। ਕਿਉਂਕਿ ਅਸੀਂ ਤਾਂ ਇਹ ਗੱਲ ਸਪਸ਼ਟ ਹੈ ਵੀ 500 ਕਰੋੜ ਰੁਪਈਆ ਇਸ਼ਤਿਹਾਰਾਂ ਤੇ, ਗੱਡੀਆਂ ਤੇ, ਜਹਾਜ਼ਾਂ ਤੇ, ਪੰਜਾਬ ਦੀ ਸਾਰੀ ਦੀ ਸਾਰੀ ਸਰਕਾਰੀ ਜਹਾਜ਼ ਵੀ ਯੂਜ਼ ਹੋਏ, ਜਿੰਨੀ ਸਾਰੀ ਸਾਡੀ ਮਸ਼ੀਨਰੀ ਸੀ, ਜਿਹੜੇ ਸਾਡੇ ਰਾਜਨੀਤਿਕ ਜਿਹੜੇ MLA ਸੀ, MP ਸੀ ਜਾਂ ਮੰਤਰੀ ਸੀ, ਉਹਨਾਂ ਸਾਰਿਆਂ ਨੂੰ ਝੁੱਕਿਆ, ਪਰ ਖੱਟਿਆ ਕੀ? ਕਿਉਂਕਿ ਬੇਸਿਕਲੀ ਲੋਕ ਜਿਹੜੇ ਨੇ ਇਹ ਜਿਹੜੇ ਨਾਰੇ ਹੈ ਨਾ, ਲੋਕ ਲੁਭਾਊ ਨਾਰੇ ਜਾਂ ਜਿਹੜੇ ਟੋਟਕੇ ਨੇ ਜਾਂ ਇਹ, ਮਤਲਬ ਸਟੇਜ ਦੇ ਉੱਤੇ ਇੱਕ ਕਮੇਡੀਅਨ ਤੌਰ ਤੇ ਤਾਂ ਚੱਲ ਸਕਦੇ ਨੇ, ਪ੍ਰੈਕਟੀਕਲ ਨਹੀਂ ਚੱਲ। ਦੂਸਰੀ ਗੱਲ, ਕੇਜਰੀਵਾਲ ਦੀ ਜਿਹੜੀ ਸ਼ੁਰੂਆਤ ਸੀ ਬਹੁਤ ਵਧੀਆ ਸੀ, ਇਹ 'ਚ ਕੋਈ ਸ਼ੱਕ ਨਹੀਂ, ਕਿਉਂਕਿ ਬਦਲ ਦੀ ਗੱਲ ਕਰਦਾ ਸੀ, ਬਦਲ ਦੀ ਤਾਂ ਕਰਦਾ ਸੀ ਕਿ ਉਸ ਵੇਲੇ 90,000 ਨੇ ਜਿਹੜਾ ਇੱਕ ਦੋ ਹੀ ਇਸ਼ੂ ਦੇ ਉੱਤੇ ਆਪਣਾ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀ। ਇੱਕ ਉਹਦੀ ਮੰਗ ਇਹ ਸੀ ਸਵਰਾਜ, ਠੀਕ ਹੈ ਜੀ, ਸਵਰਾਜ ਦੀ ਬੁੱਕ ਵੀ ਰਿਲੀਜ਼ ਕੀਤੀ ਸੀ ਜੀ, ਦੂਸਰਾ ਭ੍ਰਿਸ਼ਟਾਚਾਰ ਦੇ ਉੱਤੇ ਸੀ, ਬਿਲਕੁਲ, ਤੇ ਤੀਸਰਾ ਇਹ ਸੀਗਾ ਨਾ ਕਿ ਲੋਕਪਾਲ ਬਣਾਵਾਂਗੇ। ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਆਈ ਤੇ ਹੁਣ ਤੱਕ ਨਾ ਤਾਂ ਸਵਰਾਜ ਦੀ ਗੱਲ ਚੱਲੀ, ਨਾ ਲੋਕ, ਨਾ ਹੀ ਭ੍ਰਿਸ਼ਟਾਚਾਰ ਦੀ ਗੱਲ ਚੱਲੀ ਤੇ ਨਾ ਹੀ ਜਿਹੜਾ ਲੋਕਪਾਲ ਬਣਾਇਆ। ਭ੍ਰਿਸ਼ਟਾਚਾਰ ਦੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਅਖਵਾਉਣ ਦੇ ਬਾਵਜੂਦ ਵੀ ਦਿੱਲੀ ਦੇ ਅੰਦਰ ਜਿਵੇਂ ਸ਼ਰਾਬ ਦਾ ਘਟਾਲਾ ਹੋਇਆ ਜਾਂ ਜਲ ਦਿੱਲੀ ਜਲ ਯੋਜਨਾ ਦਾ ਘਟਾਲਾ ਹੋਇਆ, ਜਿਹਦੇ ਵਿੱਚ ਕੇਜਰੀਵਾਲ ਦੇ ਜਿਹੜੇ ਸਾਥੀ ਸੀ ਪਹਿਲਾਂ ਤਾਂ ਉਹ ਸਾਥੀ ਜਾਂ ਜਿਹੜੇ ਸੀ ਯਾਦਵ ਵਰਗੇ ਜਾਂ ਹੋਰ 4-5 ਸਾਥੀ ਸੀ, ਉਹ ਇਸ ਗੱਲ ਦੀ ਖਹਿੜਾ ਛੱਡ ਗਏ ਸੀ ਵੀ ਇਹਦੀ ਨੀਤੀ 'ਚ ਨੁਕਸ ਹੈ, ਪੋਲਿਸੀ 'ਚ ਨੁਕਸ ਹੈ, ਉਹ ਇਸ ਕਰਕੇ ਕੁਝ ਇਹਦੇ ਨਿੱਜੀ ਵਿਰੋਧਾਂ ਕਰਕੇ ਛੱਡਿਆ। ਤੇ ਜਿਹੜੇ 3 ਬਚੇ ਸੀ ਉਹ ਇਸ ਘਟਾਲੇ 'ਚ ਸ਼ਾਮਿਲ ਹੋ ਕੇ ਤੇ ਦਿੱਲੀ ਦੀਆਂ ਜੇਲ੍ਹਾਂ 'ਚ ਬੰਦ ਹੋ ਗਏ ਜੀ। ਪਰ ਇੱਕ ਹੋਰ ਗੱਲ ਹੈ ਲੈਲ ਸਾਹਿਬ, ਮੈਂ ਇਹ ਗੱਲ ਮੰਨਦਾ, ਇੱਕ ਤਾਂ ਗੱਲ ਪੱਕੀ ਹੈ ਕਿ ਨਰਿੰਦਰ ਮੋਦੀ ਸਾਹਿਬ ਦੇ ਦੁਬਾਰੇ ਪ੍ਰਧਾਨ ਮੰਤਰੀ ਬਣਨ ਦਾ ਕਿਤੇ ਨਾ ਕਿਤੇ ਰਾਸਤਾ ਸਾਫ਼ ਹੁੰਦਾ ਨਜ਼ਰ ਆ ਰਿਹਾ। ਬਿਲਕੁਲ, ਤਾਂ ਗੱਲ ਕਲੀਅਰ ਹੈ ਜੀ। ਹਾਲਾਂਕਿ ਇਹ ਬਹੁਤ ਸਾਰੇ ਲੋਕ ਬੁੱਧੀਜੀਵੀ ਸੀ ਜਾਂ ਕੋਈ ਹੋਰ ਵੀ ਸੀ ਜਿਹੜੇ ਕ੍ਰਿਟਿਕ ਕਰਦੇ ਨੇ, ਉਹ ਸੋਚਦੇ ਸੀ ਵੀ ਸ਼ਾਇਦ ਵੀ ਇਹਨਾਂ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਪਤਾ ਲੱਗ ਜੂਗਾ, ਸਭ ਕੁਝ ਮਿਲ ਜੂਗਾ ਜੀ। ਪਰ ਇਦਾਂ ਦੀ ਗੱਲ ਕੋਈ ਹੋਈ ਨਹੀਂ, ਕਿਉਂਕਿ ਐਪੀਸੋਡ ਬਿਲਕੁਲ ਕਲੀਅਰ ਹੋ ਗਿਆ। ਬਿਲਕੁਲ, 2024 ਦੀਆਂ ਚੋਣਾਂ ਬਿਲਕੁਲ ਸਿਰ ਤੇ ਨੇ, ਪਰ 2024 ਦੇ ਵਿੱਚ ਪੰਜਾਬ ਦੇ ਲੋਕਾਂ 'ਚ ਘੁਸਰ ਭੁਸਰ ਚੱਲ ਗਈ ਕਿ ਭਾਜਪਾ ਇਸ ਵਾਰ ਸੀਟਾਂ ਕੱਢੂਗੀ ਪੰਜਾਬ ਦੇ ਵਿੱਚ, ਔਰ ਹੋ ਵੀ ਸਕਦਾ। ਬਿਲਕੁਲ। ਦੂਜੀ ਗੱਲ ਹੈ, ਅਕਾਲੀ ਦਲ ਤੇ ਭਾਜਪਾ ਦੇ ਗਠਬੰਧਨ ਦੀਆਂ ਗੱਲਾਂ ਵੀ ਅੰਦਰੋਂ ਖਾਤੇ ਚੱਲ ਰਹੀਆਂ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਗੱਲਬਾਤ ਕਰਦੇ ਨੇ, ਪਰ ਹਾਲੇ ਖੁੱਲ੍ਹ ਕੇ ਕਿਸੇ ਨੇ ਬਿਆਨ ਨਹੀਂ ਦਿੱਤਾ। ਇਹ ਗੱਲ ਵੱਖਰੀ ਹੈ ਕਿ ਹਾਲੇ ਵੀ ਸੁਖਬੀਰ ਬਾਦਲ ਕਹਿੰਦਾ ਆ ਰਿਹਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਭਾਜਪਾ ਦੇ ਨਾਲ ਅਸੀਂ ਸਮਝੌਤਾ ਕਰ ਲਈਏ। ਪਰ ਲਹਿਲ ਸਾਹਿਬ, ਪੰਜਾਬ ਦੀ ਜੇ ਆਪਾਂ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਕੋਲੇ ਹਜੇ ਗਰਾਊਂਡ ਬਿਲਕੁਲ ਖਤਮ ਹੋ ਚੁੱਕੀ ਹੈ, ਬਹੁਤ ਹੀ ਵਧੀਆ ਗਰਾਊਂਡ ਨਹੀਂ ਹੈਗੇ ਚੋਣਾਂ ਲੜਨ ਦੇ ਸਮਰਥ ਵਿੱਚ। ਜੇ ਉਹ ਭਾਜਪਾ ਨਾਲ ਚੋਣਾਂ ਲੜਦੇ ਨੇ, 2024 ਦੀਆਂ ਲੜਦੇ ਨੇ ਮੈਂਬਰ ਪਾਰਲੀਮੈਂਟ ਦੀਆਂ, ਜਾਂ 3 ਸਾਲ ਬਾਅਦ ਵਿਧਾਨ ਸਭਾ ਦੀਆਂ ਵੀ ਆ ਰਹੀਆਂ ਨੇ, ਕੀ ਇਹਨਾਂ ਨੂੰ ਫਾਇਦਾ ਹੋਊਗਾ ਆਪਸ ਵਿੱਚ ਰਲੇਵੇਂ ਦਾ ਦੁਬਾਰੇ ਮੁੜ? ਗਿੱਲ ਸਾਹਿਬ, ਗੱਲ ਇਹ ਆ ਵੀ ਅੱਜ ਸਾਡੀ ਜਿਹੜੀ ਰਾਜਨੀਤੀ ਹੈ ਨਾ, ਰਾਜਨੀਤੀ ਕਿਸੇ ਕੋ ਵੀ ਕੋ ਜਿਹੜਾ ਨਾ ਬੇਸਿਕਲੀ ਸਿਧਾਂਤਕ ਪ੍ਰੋਗਰਾਮ ਨਹੀਂ ਹੈ। ਅਸੀਂ ਹਾਰ ਕਿੱਥੇ ਰਹੇ ਹਾਂ, ਨੁਕਸ ਕਿੱਥੇ ਹੈ? ਨੁਕਸ ਇਹ ਹੈ ਜਿੱਦਾਂ ਹੁਣ ਭਾਜਪਾ ਹੈ, ਭਾਜਪਾ ਨੇ ਆਪਣੇ 17 ਜਿਹੜੀਆਂ ਉਹ ਸਟੇਟਾਂ 'ਚ ਜਿਹੜਾ ਰਾਜ ਕਾਇਮ ਕੀਤਾ, ਉਹਨਾਂ ਦੀ ਇੱਕ ਗੱਲ ਤਾਂ ਮੈਂ ਇਹ ਦੇਖਦਾ ਵੀ ਉਹ ਜਿਸ ਗੱਲ 'ਤੇ ਅੜੇ ਨੇ, ਉਹ 3 ਗੱਲਾਂ ਮੈਂ ਤੁਹਾਨੂੰ ਦੱਸਦੀਆਂ ਵੀ ਉਹ ਇਹ 'ਤੇ ਵੀ ਆਏ ਨੇ ਵੀ ਇੱਕ ਭਾਸ਼ਾ ਇੱਕ ਦੇਸ਼ ਆ ਜਾਏ। ਉਹ ਇਹ ਵੀ ਕਹਿੰਦੇ ਨੇ ਵੀ ਜੇ ਇੱਕ ਭਾਸ਼ਾ ਤੇ ਇੱਕ ਦੇਸ਼ ਹੈ ਤੇ ਨਾਲ ਨਾਲ ਉਹ ਇੱਦਾਂ ਦੀ ਨੀਤੀ ਬਣਾਉਣ ਦੀ ਯਤਨ ਕਰ ਰਹੀਆਂ ਨੇ, ਸਿੱਖਿਆ ਨੀਤੀ ਬਣਾਉਣ ਦੇ ਕਰ ਰਹੀਆਂ ਨੇ। ਤੀਜੀ ਉਹਨਾਂ ਦੀ ਇਹ ਗੱਲ ਸੀ ਵੀ ਇੱਕ ਚੋਣਾਂ ਜਿਹੜੀਆਂ ਨੇ, ਇੱਕ ਦੇਸ਼ ਇੱਕ ਭਾਸ਼ਾ ਤੇ ਇੱਕ ਚੋਣਾਂ, ਉਹ ਵੀ ਹੈ।
श्रीनगर दे विच बहुत बुरी तरह मतलब तुहानू पता ही वो उत्थे मुसलमानां दी नस्लकुशी हुई मनीमाज अपने जिहड़े मणिपुर च हुई यह सारा कुछ होण दे बावजूद वो अपनी उस नीति तो छिड़क नहीं पाए ते साडे विरोधी धिरां को की सी सिर्फ एक दूजे ते दूषणबाजी तो सवाए उन्हां कोल कोई पॉलिसी नहीं सी जे कांग्रेस की गल करदे आ ते कांग्रेस भी अपनी उस पॉलिसी तो थिड़क गया अकाली दल पहले थिड़किया सी ये लड़ाइयां सिर्फ निजी निजता ते आ गईयां एक दूजे दे विरोध ते आ गईयां पर असी पंजाब नूं जे पंजाब दी भी गल करदे आ ते पंजाब पद्धर दे उत्ते जिहड़ियां साडियां खेतरी पार्टियां सी एक खेतरी पार्टी सिर्फ अकाली दल ते खेतरी पार्टी होण दे बावजूद भी असी अपने पंजाब नूं नहीं समझ सके पंजाब दे दुखांत नूं समझ सके और उहनां समयां च जदों खेतरी पार्टी श्रोमणी अकाली दल दा राज सी तां उस वेले दा दुखांत अज भी भावें उह अपनी गलती मन चुके ने पर उस गलती तो बाद भी लोकां ने इस गल नूं नकारिया भावें लोगों की गल जिथे तक गल करते हैं भावें कि कांग्रेस ने भी पंजाब के अंदर दिल्ली के अंदर 1984 तो लैके 1984 का जरा जो कांड है जब दरबार साहब श्री दरबार साहब अज भी उन्होंने दिलों च अजे भी उन्होंने कितने ना कि इस मन च है भी ये कांग्रेस है जिन्हें साड़ी नस्लकुशी की जिंदा उन्होंने खमियाना भुगतना पै बिल्कुल यही यही कारण है लहल साहब तुम गल बहुत अच्छी करी भी कितने ना कि 1984 का जो दुखांत है जी ਉਹ ਸਿੱਖ ਵੋਟ ਬੈਂਕ ਨੂੰ ਕਿਤੇ ਨਾ ਕਿਤੇ ਕਮੀ ਕਰਦੇ ਕਰਦਾ ਜੀ ਜਿਸ ਤਰ੍ਹਾਂ ਜੇ ਜਦ ਜੇ ਆਪਾਂ ਕਮਿਊਨਿਟੀ ਦੀ ਗੱਲ ਕਰੀਏ ਤਾਂ ਜੇ 20% ਫਰਕ ਵੀ ਪੈ ਗਿਆ ਵੋਟਾਂ ਦੇ ਵਿੱਚ ਉਹ ਵੀ ਬਹੁਤ ਵੱਡਾ ਫਰਕ ਹੈ ਇਸੇ ਕਰਕੇ ਸ਼ਾਇਦ ਕਾਂਗਰਸ ਪਾਰਟੀ ਉੱਪਰ ਨਹੀਂ ਉੱਠ ਪਾ ਰਹੀ ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਾਂਗਰਸ ਪਾਰਟੀ ਦੀ ਮੈਂ ਇੱਕ ਚੀਜ਼ ਦੇਖੀ ਹੈ ਵੀ ਕਾਂਗਰਸ ਪਾਰਟੀ ਜਿਹੜੀਆਂ ਓਵਰ ਅਸੈਸਮੈਂਟ ਕਰ ਰਹੀਆਂ ਨੇ ਓਵਰ ਕਮਿਟਮੈਂਟ ਕਰ ਰਹੀਆਂ ਨੇ ਉਹ ਲੋਕ ਹੁਣ ਭਲੀ ਭਾਂ ਜਾਣਦੇ ਨੇ ਵੀ ਪਹਿਲਾਂ ਇਹਨਾਂ ਨੇ ਇੰਨਾ ਇੰਨਾ ਚਿਰ ਰਾਜ ਕੀਤਾ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਰਾਜ ਕੀਤਾ ਉਦੋਂ ਇਹ ਕਿਉਂ ਨਹੀਂ ਡਿਵੈਲਪ ਕਰ ਸਕੇ ਬਿਲਕੁਲ ਇਸ ਕਰਕੇ ਜੇ ਆਪਾਂ ਹੁਣ ਇੰਟਰਨੈਸ਼ਨਲ ਪੱਧਰ ਦੀ ਗੱਲ ਕਰੀਏ ਜਾਂ ਆਪਣੀ GDP ਦੀ ਗੱਲ ਕਰੀਏ ਇਕਨੋਮੀ ਦੀ ਗੱਲ ਕਰੀਏ ਤਾਂ ਐਸੀ ਗੱਲ ਨਹੀਂ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਬੈਟਰ ਹੋਈ ਹੈ ਬਿਲਕੁਲ ਜੇ ਆਪਾਂ ਇੰਡਸਟਰੀ ਦੀ ਗੱਲ ਕਰੀਏ ਜਾਂ ਬਾਹਰਲੇ ਸੂਬਿਆਂ ਦੇ ਨਾਲ ਬਾਹਰਲੇ ਦੇਸ਼ਾਂ ਨਾਲ ਕੋਲੈਬੋਰੇਸ਼ਨ ਦੀ ਗੱਲ ਕਰੀਏ ਤਾਂ ਸਬੰਧ ਜਿਹੜੇ ਨੇ ਆਪਣੇ ਕਿਤੇ ਨਾ ਕਿਤੇ ਬਹੁਤ ਅੱਛੇ ਸੁਧਰੇ ਨੇ ਔਰ ਨਰਿੰਦਰ ਮੋਦੀ ਦਾ ਜਿਹੜਾ ਕਿਰਦਾਰ ਹੈ ਉਹ ਬਹੁਤ ਸੋਹਣਾ ਇੰਟਰਨੈਸ਼ਨਲ ਲੈਵਲ ਤੇ ਬਣਿਆ ਹੋਇਆ ਇਹੀ ਕਾਰਨ ਹੈ ਕਿ ਲੋਕਾਂ ਕੋਲੇ ਲੋਕ ਬਦਲ ਨੂੰ ਤਿਆਰ ਨੇ ਮੈਂ ਮੰਨ ਲਿਆ ਗੱਲ ਲੋਕ ਬਦਲ ਨੂੰ ਤਿਆਰ ਨੇ ਪਰ ਲੋਕਾਂ ਕੋਲ ਵਿਕਲਪ ਕੋਈ ਨਹੀਂ ਵਿਕਲਪ ਕੋਈ ਲੋਕਾਂ ਕੋਲੇ ਲੀਡਰ ਕੋਈ ਨਹੀਂ ਬਿਲਕੁਲ ਬੇਸਿਕਲੀ ਕੁਲਵੰਤ ਗਿੱਲ ਜੀ ਬਿਲਕੁਲ ਵਧੀਆ ਗੱਲ ਹੈ ਹੈਗੀ ਆ ਜਿਹੜੀ ਤੁਸੀਂ ਕਹੀ ਆ ਕਿ ਲੋਕਾਂ ਕੋਲ ਬਦਲ ਨਹੀਂ ਲੋਕ ਚਾਹੁੰਦੇ ਨੇ ਬਦਲਾਅ ਲਿਆਉਣਾ ਜਿਹਨੂੰ ਉਹਨੇ ਬਦਲਾਅ ਵਾਸਤੇ ਚੁਣਿਆ ਸੀ ਜੇ ਪੰਜਾਬ ਦੀ ਮਿਸਾਲ ਕਰਦੇ ਆ ਤੇ ਜਦੋਂ ਪੰਜਾਬ 'ਚ ਇੱਕ ਬਦਲ ਦੀ ਗੱਲ ਆਈ ਤੇ ਉਹ ਬਦਲ ਨਹੀਂ ਹੋਇਆ ਉਹ ਰਾਜ ਸੱਤਾ ਤੇ ਬਦਲੀ ਇਹਦੇ 'ਚ ਕੋਈ ਸ਼ੱਕ ਨਹੀਂ ਕਾਂਗਰਸ ਤੋਂ ਅਕਾਲੀਆਂ 'ਚ ਆ ਗਈ ਤੇ ਅਕਾਲੀਆਂ ਤੋਂ ਕਾਂਗਰਸ ਚਲ ਗਈ ਤੇ ਕਾਂਗਰਸ ਤੋਂ ਫਿਰ ਆਮ ਆਦਮੀ ਪਾਰਟੀ ਕੋ ਆ ਗਈ ਸੱਤਾ ਤਬਦੀਲੀ ਤੇ ਜ਼ਰੂਰ ਹੋਈ ਸੱਤਾ ਤਬਦੀਲੀ ਹੋਈ ਪਰ ਬੇਸਿਕ ਤੌਰ ਤੇ ਸਿਸਟਮ 'ਚ ਕੋਈ ਤਬਦੀਲੀ ਨਹੀਂ ਹੋਈ ਜਿਹੜਾ ਅਸਲ ਕਾਰਨ ਹੈ ਤੇ ਜਿਹੜਾ ਦੁਨੀਆ ਪੱਧਰ ਦੇ ਉੱਤੇ ਜਿਹੜਾ ਮੋਦੀ ਦਾ ਕਿਰਦਾਰ ਸੀ ਨਰਿੰਦਰ ਮੋਦੀ ਉਹਨੇ ਆਪਣੇ ਉਸ ਕਿਰਦਾਰ ਨੂੰ ਉੱਪਰ ਚੁੱਕਣ ਦਾ ਯਤਨ ਕੀਤਾ ਉਹਦੇ 'ਚ ਨੀਅਰ ਜਦੋਂ ਚੰਦਰਯਾਨ 3 ਚੰਦਰਮਾ ਦੇ ਨਾਰਥ ਪੋਲ ਤੇ ਜਿਹੜਾ ਲੈਂਡ ਕੀਤਾ ਤੇ ਉਸ ਵੇਲੇ ਜਿਹੜੇ ਸਾਡੇ ਡਿਬੇਟਰ ਸੀ ਜਾਂ ਜਿਹੜੇ ਸਾਡੇ ਨੀਤੀਵਾਨ ਸੀ ਉਹਨਾਂ ਨੇ ਇੱਕ ਅੰਦਾਜ਼ਾ ਲਾ ਲਿਆ ਸੀ ਦੁਨੀਆ ਪੱਧਰ ਦੇ ਉੱਤੇ ਇੱਕ ਬੜੀ ਵੱਡੀ ਪ੍ਰਾਪਤੀ ਹੈ ਬਿਲਕੁਲ ਬਹੁਤ ਕੁਛ ਮਤਲਬ ਉੱਪਰ ਚਲੇ ਗਿਆ ਤੇ ਅਸੀਂ ਤੀਸਰਾ ਜਿਹੜਾ ਉਹ ਬਦਲ ਜਿਹੜਾ ਦੁਨੀਆ ਦਾ ਤੀਜਾ ਜਿਹੜਾ ਉਹ ਤਾਕਤ ਜਿਹੜੀ ਬਣਦੇ ਵੱਧ ਰਹੇ ਹਾਂ ਸੋ ਇਹ ਗੱਲਾਂ ਜਿਹੜੀਆਂ ਸਾਰੀਆਂ ਨੇ ਬਹੁਤ ਵੱਡੀਆਂ ਨੇ ਤੀਸਰੀ ਗੱਲ ਇਹ ਵੀ ਅੱਜ ਹਿੰਦੁਸਤਾਨ ਦੇ ਅੰਦਰ ਮੋਸਟਲੀ ਹਿੰਦੂਤਵ ਜਿਹੜੇ ਲੋਕ ਨੇ ਉਹ ਭਾਰੂ ਨੇ 80% ਜਿਹੜੀ ਆ ਉਹ ਜਿਹੜੀ ਤਾਕਤ ਹੈ ਉਹ ਸਾਡੀ ਜਿਹੜੀ ਆ ਉਹ ਹਿੰਦੂ ਤਬਕੇ ਦੀ ਆ ਤੇ ਜਦੋਂ 80% ਉਹ ਹੈ ਤੇ ਫਿਰ ਜਿਹੜੇ ਸਾਡੇ ਅਸੀਂ 20% ਰਹਿ ਜਾਂਦੇ ਹਾਂ ਅਸੀਂ 20% ਨੇ ਕੋਈ ਇਹੋ ਜਿਹਾ ਪਲੈਨਿੰਗ ਨਹੀਂ ਕਰ ਪਾਏ ਵੀ ਅਸੀਂ ਆਪਣੇ ਆਪ ਨੂੰ ਸਟੇਬਲ ਕਿਵੇਂ ਕਰ ਪਾਵਾਂਗੇ ਸੋ ਇਸ ਕਰਕੇ ਹੀ ਅੱਜ ਜਿਹੜਾ ਮੋਦੀ ਹੈ ਉਹ 17 ਸਟੇਟਾਂ ਤੇ ਸਟੇਬਲ ਹੈ ਤਿੰਨ ਜਿਹੜੀਆਂ ਸਟੇਟਾਂ ਸੀ ਉਹ ਤਿੰਨਾਂ ਸਟੇਟਾਂ ਦੇ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਸੀ ਉਹ ਦਾਵਾ ਕਰਦੇ ਰਹੇ ਗਲੋਤ ਵਰਗੇ ਰਾਜਸਥਾਨ ਵਰਗੇ ਬਿਲਕੁਲ ਵੀ ਮੇਰੇ ਤੇ ਮਤਲਬ ਕੁੰਡਲੀ 'ਚ ਹੀ ਹੈ ਹਾਂ ਵੀ ਮੈਂ ਤਾਂ ਜਨਮ ਸਿੱਧ ਅਧਿਕਾਰ ਮੈਨੂੰ ਮੁੱਖ ਮੰਤਰੀ ਬਣਨੇ ਪੈਣਾ ਤੇ ਮੈਂ ਬਣਨਾ ਹੀ ਬਣਨਾ ਕੰਬਲ ਕਹਿੰਦੇ ਵੀ ਛੱਡਦਾ ਪਰ ਮੈਂ ਕੰਬਲ ਨੂੰ ਛੱਡਦਾ ਪਰ ਕੰਬਲ ਮੈਨੂੰ ਨਹੀਂ ਛੱਡਦਾ ਮੈਨੂੰ ਤੇ ਮੁੱਖ ਮੰਤਰੀ ਫਿਰ ਸਵੀਕਾਰ ਕਰੀ ਜਿਹੜੀ ਇਹ ਮਤਲਬ ਜਿਹਨੂੰ ਆਪਾਂ ਕਹਿ ਰਹੀ ਓਵਰ ਕੰਫੀਡੈਂਸ ਓਵਰ ਕੰਫੀਡੈਂਸ ਉਹ ਤਿੰਨੇ ਜਿਹੜੇ ਮੁੱਖ ਮੰਤਰੀ ਸੀ ਉਹ ਤਿੰਨੇ ਜਿਹੜੇ ਨੇ ਆਪਣੀ ਜਿਹੜੀ ਸਮਰੱਥਾ ਉਹ ਦਿਖਾ ਨਾ ਪਾਏ ਬਣਦਾ ਤੇ ਹੁੰਦਾ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਹਰ 5 ਸਾਲ ਬਾਅਦ ਜਿਹੜੀ ਸਟੇਟ ਆ ਉਹ ਜਿਹੜੀ ਉਹ ਚੇਂਜ ਹੋ ਜਾਂਦੀ ਪਰ ਜਿੱਥੇ ਚੇਂਜ ਨਾ ਹੋਣਾ ਇਹਦਾ ਮਤਲਬ ਸਾਫ਼ ਹੈ ਵੀ ਉਹਦੀਆਂ ਨੀਤੀਆਂ ਤੇ ਉਹਨਾਂ ਦੇ ਮਤਲਬ ਕੰਮ ਧੰਦੇ 'ਚ ਕੁਛ ਨਾ ਕੁਛ ਪਰ ਇਹ ਤਾਂ ਗੱਲ ਕਲੀਅਰ ਹੈ ਲਹਿਲ ਸਾਹਿਬ
मैं थोड़ी गल से गल आना भी जे कांग्रेस मतलब पांच राज्यों के पिछे गई है बिल्कुल क्योंकि जे पांचवें राज की भी आप गल करिए जिथे कांग्रेस जीती है जी उत्थे भी काफ़ी सीटा थले आ गई जी काफ़ी सीटा थले आ गई तो यदा मतलब सिद्ध मसिद्धा कारण है कि कांग्रेस ने राज नहीं किया प्रभाव है कन्वेंशन हो जाती है सो एक छोटी स्टेट कोई एड्डी वड्डी गल नहीं सी पर ज्यादातर जी अपनी जी कारगुजारी जी दिखा नहीं पाए और भावे पंजाब की जो गल करते हैं पंजाब दे अंदर भी अज भी जो पंजाब की सियासत की गल करिए पंजाब आम आदमी पार्टी भी अपना आधार जिहड़ा वह खोंदी जा रही है और ये जिहड़ियां तुसीं सवाल किया कि 2024 ते इहदा असर पएगा पएगा पहली गल तो भी 2024 दीआं इलैक्शनां दे अंदर यह गल स्पष्ट है इहदे च कोई दो रावां नहीं क्योंकि आपां अपने आप नूं स्टेबल कीता पंजाब दे अंदर इस चोणां दा बहुत वड्डे पद्धर ते भाजपा नूं असर आने वाले समय च हो सकदा जी जी हुण भावें अकाली दल दी कहानियां सुणदे आपां अकाली दल जिहड़ा हैगा कि उह जिहड़ा हैगा उह इहनां नाल समझौता करदा क्योंकि पहले ही सुखदेव सिंह ढींडसा जिहड़ा है उह मोस्टली भाजपा की हमायत ते है अज भी जिहड़े प्रैस नोट आए उहनां दे उह भाजपा की इस जिहड़ी कारवाई है उहदे उत्ते उहनां ने उहदे ते उहदी हमायत कीती जी जी कैप्टन अमरिंदर सिंह ने हमायत की है सो आने वाले समय के पक्की यह गल स्पष्ट है कि कितने ना कितने इन्हों का गठजोड़ा कुछ ना कुछ लैके आएगा और आम आदमी पार्टी दे जिथों तक विरोधी धिर की गल है अज आम आदमी पार्टी ने जो 500 करोड़ रुपया इस गल लोगों का खास करके पंजाबियों का जो टैक्स का पैसा से वो 500 करोड़ जो पंजाब के विकास वाल ध्यान किया जाता जो सड़क पक्कियां कीतियां जांदियां जे मुलाजमान के डीए के किश्तां दे दित्तियां जांदियां किसानां दे गन्ने का भाव जिहड़ा 11 रुपये वधाया निगुणा जिहड़ा वध फर्क पैंदा उहनां नूं जो जिहड़ा पैसे दित्ते उहदे कारण की है लै संघर्ष जिहड़ा सी इस पासिओं उह सारा कुछ भुल के तां दूसरे स्टेटां नूं बचाउण दा यतन करदे रहे जिहड़ा सब तों वड्डी घातक जिहड़ी आ उह गल सामणे आ लैल साहिब पता की गल है इहनां नूं कई मसले भुगतने पै सकदे ने आम आदमी पार्टी नूं ਹੁਣ ਗੁਰਦਾਸਪੁਰ ਬੱਸ ਅੱਡੇ ਦਾ ਉਦਘਾਟਨ ਹੋਇਆ ਬਿਲਕੁਲ ਬਣਾਇਆ ਤਾਂ ਕਾਂਗਰਸ ਸਰਕਾਰ ਨੇ ਸੀ ਉਦਘਾਟਨ ਇਹ ਕਰ ਗਏ ਬਿਲਕੁਲ ਹੁਣ ਐਨ ਬੱਸ ਅੱਡੇ ਦੇ ਕੋਰੀਡੋਰ ਦੇ ਵਿਚਾਲੇ ਗਰਾਊਂਡ ਦੇ ਵਿੱਚ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਹੈਲੀਕਾਪਟਰ ਉਤਰਦਾ ਸਰਕਾਰੀ ਬਿਲਕੁਲ ਸਿਕਿਉਰਿਟੀ ਪੂਰੀ ਟਾਈਟ ਸੀ ਬਹੁਤ ਲੋਕਾਂ ਨਜ਼ਰਬੰਦ ਕੀਤਾ ਗਿਆ ਪਾੜੇ ਵਰਗੇ ਨਜ਼ਰਬੰਦ ਵੀ ਕਰ ਲਏ ਬਿਲਕੁਲ ਨਿਕਲ ਨਹੀਂ ਦਿੱਤੀ ਹਾਲਾਂਕਿ ਪਾੜੇ ਦੀ ਤੇ ਭਗਵੰਤ ਮਾਨ ਦੀ ਲੰਬੀ ਚੌੜੀ ਗੱਲ ਵੀ ਹੋਈ ਹੈ ਵੀ ਆਪਾਂ ਇਕੱਠੇ ਉਦਘਾਟਨ ਕਰਾਂਗੇ ਬਿਲਕੁਲ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਲੋਕ ਇਹ ਜਾਣਦੇ ਨੇ ਜਿਹੜਾ ਪਬਲਿਕ ਫੰਕਸ਼ਨ ਹੁੰਦਾ ਪਬਲਿਕ ਦਾ ਫੰਕਸ਼ਨ ਨਹੀਂ ਰਹਿੰਦਾ ਉਹ ਸਰਕਾਰੀ ਫੰਕਸ਼ਨ ਹੋ ਜਾਂਦਾ ਉੱਤੇ ਗਿਣਵੇਂ ਚੁਣਵੇਂ ਲੋਕ ਆਉਂਦੇ ਨੇ ਜਿਹੜਾ ਆਮ ਬੰਦਾ ਵੇਖਣ ਜਾਂਦਾ ਉਹਨੂੰ ਇਹ ਵੜਨ ਨਹੀਂ ਦਿੰਦੇ ਉਹਨੂੰ ਇਹ ਜਾਣ ਨਹੀਂ ਦਿੰਦੇ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਬੁੜੀਆਂ ਨੂੰ ਬਜ਼ੁਰਗਾਂ ਨੂੰ ਮੁੰਡੇ ਕੁੜੀਆਂ ਨੂੰ ਜੱਫੀਆਂ ਪਾਉਂਦਾ ਫਿਰਦਾ ਸੀ ਤੀਆਂ ਕਹਿੰਦਾ ਸੀ ਭੈਣਾਂ ਕਹਿੰਦਾ ਸੀ ਸਿਰ ਪੜੋਸ ਸੀ ਪਰ ਅੱਜ ਭਗਵੰਤ ਮਾਨ ਨੂੰ ਕੀ ਬਿਨਿਸ਼ੇ ਕੀ ਅੱਜ ਭਗਵੰਤ ਮਾਨ ਬਿਨਾਂ ਹੈਲੀਕਾਪਟਰ ਤੋਂ ਲੈਂਡ ਨਹੀਂ ਕਰਦਾ ਅੱਜ ਭਗਵੰਤ ਮਾਨ ਗੱਲ ਹੀ ਸਿਕਿਉਰਿਟੀ ਦੀ ਕਰਦਾ ਉਹ ਕਹਿੰਦਾ ਬਿਨਾਂ ਸੁਰੱਖਿਆ ਤੋਂ ਗੱਲ ਹੀ ਨਹੀਂ ਕਰਦਾ ਭਗਵੰਤ ਮਾਨ ਦਾ ਸਿਰਫ ਇੱਕ ਹੀ ਮਤਲਬ ਦਾ ਉਹ ਟੀਚਾ ਸੀ ਕਿ ਨੈਸ਼ਨਲ ਪੱਧਰ ਦੇ ਉੱਤੇ ਕੇਜਰੀਵਾਲ ਨੂੰ ਐਸਟੈਬਲਿਸ਼ ਕਰਨਾ ਹੋਰ ਉਹਨਾਂ ਕੋਈ ਇਹਦਾ ਦਾ ਆਗੂ ਰਿਹਾ ਨਹੀਂ ਸੀ ਭਗਵੰਤ ਮਾਨ ਉਹ ਕਾਮਯਾਬ ਨਹੀਂ ਹੋਏ ਤੇ ਉਹਦੇ ਚ ਕਾਮਯਾਬ ਨਹੀਂ ਔਰ ਤੁਸੀਂ ਹੈਰਾਨ ਹੋ ਵੀ ਨੋਟਾ ਤੋਂ ਵੀ ਘੱਟ ਵੋਟਾਂ ਜਿਹੜੀਆਂ ਲੈਣੀਆਂ ਔਰ ਇੱਕ ਇਹਨਾਂ ਦਾ ਮੈਨੂੰ ਹੋਰ ਵੀ ਗੱਲ ਆਉਂਦੀ ਹੈ ਵੀ ਇੰਨੀ ਮਤਲਬ ਮੈਂ ਉਹ ਸ਼ਬਦ ਨਹੀਂ ਬੋਲ ਸਕਦਾ ਇੱਕ ਇਹਨਾਂ ਦਾ ਸੀਨੀਅਰ ਆਗੂ ਹੈ ਦਿੱਲੀ ਦਾ ਔਰ ਉਹ ਕਹਿੰਦਾ ਵੀ ਅਸੀਂ ਤੀਸਰੀ ਜਿਹੜੀ ਪਾਰਟੀ ਹੈ ਟੱਕਰ ਦਿੱਤੀ ਟੱਕਰ ਦੇ ਕੇ ਤੀਸਰੀ ਵਿਰੋਧੀ ਪਾਰਟੀ ਜਿਹੜੀ ਆ ਉਹ ਨੈਸ਼ਨਲ ਪੱਧਰ ਤੇ ਹੋਈ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਵੀ ਸ਼ਰਮ ਵਾਲੀ ਗੱਲ ਨਹੀਂ ਕਹਿੰਦਾ ਉਹਨੂੰ ਇਹ ਨਹੀਂ ਦੇਖਿਆ ਉਹਨੇ ਵੀ ਤੂੰ ਨੋਟਾ ਤੋਂ ਤੂੰ ਘੱਟ ਜਿਹੜੇ ਬੰਦੇ ਨਹੀਂ ਚਾਹੁੰਦੇ ਨੋਟਾ ਇੱਕ ਅਹੀ ਚੀਜ਼ ਆ ਜਿਹੜੀ ਕਿਸੇ ਵੀ ਆਗੂ ਨੂੰ ਪਸੰਦ ਨਹੀਂ ਕਰਦਾ ਜਦੋਂ ਤੁਸੀਂ ਕੋਈ ਵੋਟ ਪਾਉਂਦੇ ਹੋ ਤੇ ਉਹਨਾਂ ਦੀ ਆਗੂ ਦੀ ਲਿਸਟ ਹੈ ਅਗਰ ਤੁਹਾਨੂੰ ਕੋਈ ਉਹ ਚ ਪਸੰਦ ਨਹੀਂ ਤੇ ਨੋਟਾ ਨੂੰ ਤੁਸੀਂ ਵੋਟ ਪਾ ਦੇਣੇ ਇਟ ਮੀਨਸ ਉਹਨਾਂ ਨਾਲੋਂ ਵੀ ਘੱਟ ਆਉਣਾ ਔਰ ਇੰਨੇ ਵੱਡੇ ਪੱਧਰ ਤੇ ਹੁਣ ਇਹ ਵੀ ਮੰਗ ਉੱਠੂਗੀ ਪੰਜਾਬ 'ਚ ਲੋਕ ਸਵਾਲ ਪੁੱਛਣਗੇ ਵੀ ਜਿਹੜਾ 550 ਕਰੋੜ ਰੁਪਈਆ ਤੁਸੀਂ ਉਹਨਾਂ ਇਲੈਕਸ਼ਨਾਂ 'ਤੇ ਜਿਹੜਾ ਪੰਜਾਬ ਦਾ ਖਰਚਿਆ ਪੰਜਾਬ ਦੇ ਟੈਕਸਾਂ 'ਚੋਂ ਖਰਚਿਆ ਉਹਦਾ ਹਿਸਾਬ ਦਿਓ ਜੇ ਭਗਵੰਤ ਮਾਨ ਮਜੀਠੀਏ ਦੇ ਘੋੜਿਆਂ ਦਾ ਹਿਸਾਬ ਮੰਗ ਸਕਦਾ ਮਜੀਠੀ ਦੇ ਦਾਦਿਆਂ ਦਾ ਜਿਹੜਾ 1957 ਤੋਂ ਪਿੰਡ ਕਦੋਂ ਦਾ ਹੈਗਾ ਜੇ ਭਗਵੰਤ ਮਾਨ ਕਿਸੇ ਦੀ ਹੋਰ ਵੀ ਗੱਲ ਕਰ ਸਕਦਾ ਵੀ ਇਹਨਾਂ ਜ਼ਮੀਨਾਂ ਦੀ ਜਾਇਦਾਦ 'ਤੇ ਇਨਕੁਆਇਰੀ ਕਰਾ ਸਕਦਾ ਜਾਂ ਉਹਨਾਂ ਕਾਂਗਰਸ ਆਗੂਆਂ ਦੀ ਜਿਹੜੀ ਜ਼ਮੀਨਾਂ 'ਤੇ ਜਾਇਦਾਦ 'ਤੇ ਹੋਰ ਫਰਾਡਾਂ ਨੂੰ ਨੰਗਿਆ ਕਰ ਸਕਦਾ ਕਿ ਉਹ ਭਗਵੰਤ ਮਾਨ ਦੇ ਇਹ 550 ਕਰੋੜ ਦੇ ਘਪਲੇ ਨੂੰ ਉਹ ਨਹੀਂ ਕੱਢਣਗੇ ਬਸ ਘੋੜਿਆਂ ਨਾਲ ਵੇਟਣ ਜਿਹੜੇ ਬੰਦੇ ਨੇ ਆਰਕੇ ਪਾਉਂਦੇ ਨੇ ਘੋੜਿਆਂ ਨਾਲ ਤਾਂ ਸਰਕਾਰ ਦਾ ਕੋਈ ਤਲਕ ਹੀ ਨਹੀਂ ਅੱਜ ਇਹੀ ਤੇ ਸਮੱਸਿਆ ਹੈ
कि साढ़े को राजनीतिक तौर पर कोई पॉलिसी नहीं है, राजनीतिक तौर पर साड़ी समझ नहीं है, असी सिद्धांतक तौर पर इन्ने गिर गए हैं भी साड़ी लड़ाई तो होनी चाहिए सिद्धांतक नीतियां ते पॉलिसी ते समाज नूं बदल ली। उस पासों ध्यान लोगों का हटाता क्योंकि उन्होंने अंदर डिमांडा ने कम ने विकास है उदो तो टकान ध्यान भड़का के असी घोड़ियां की लड़ाई असी निधि लड़ाई असी ब्याहां की लड़ाई ये प्रोटोकॉल जे सोचा जाए तो मुख्यमंत्री दी जिम्मेवारियां नहीं है। मुख्यमंत्री की जिम्मेवारी तो विकास की सी, मुख्यमंत्री की जिम्मेवारी तो यह अपनी पार्टी का विकास करता, पर उन्होंने इस पासे ध्यान ना दे के निजी लड़ाइया लड़निया शुरू करतिया, मेनो कमेनी होना शुरू कर। लाल साहब शुक्रिया, बहुत वड्डा जिहड़ा वह संताप है वह आम आदमी पार्टी को उठाना पड़ेगा। और मेरी तो भी मैं असं तो यह भी कह दें कि जिहड़ियां एक्टिव जिहड़ियां आरटीआई पाउंदियां ने ये 500 करोड़ की आरटीआई नहीं पाउणगियां, तो जो 550 करोड़ रुपया जो बाहरले सूबे च ट्रांसफर होया कि उन्होंने हिसाब नहीं मंगणगे तो फिर आप को कहड़ी पावर रही पी किसी होर बंदे नूं इन्वेस्टिगेट करिए। शुक्रिया तुहाडा दोस्तों, ये साड़ी छोटी जी डिबेट सी पंजाब मसलियां ते और जिहड़े सूबियां दे विच इलैक्शन हुई ने उत्ते जित प्राप्त की है भाजपा ने। भाजपा नूं साडे वल्लों भी साडे चैनल वल्लों भी लख लख मुबारक, नरेंद्र मोदी साहब नूं मुबारक। सो परमात्मा करे पंजाब दे हालात सुधरन और पंजाब दे विच इक चंगी जिहड़ी हैगी है 2024 दे विच चंगे मैंबर पार्लीमेंट चुण के आउण और 3 साल बाद फिर इलैक्शन ने फिर भी एक चंगी सरकार बने जिहड़ी कि पंजाब दे लोक हितों की गलबात राखी कर सके। लाल साहब बहुत बहुत शुक्रिया तुहाडा। बिल्कुल जी, बहुत बहुत शुक्रिया। मैं भी अपने वालों नरेंद्र मोदी जी ने भाजपा को बधाई देना क्योंकि भावें कि असं उन्होंने विचारधारा ना सहमत होइए चाहे ना होइए पर जिस ढंग की जित उन्होंने 5 स्टेटां च की है उदों तो ए लगता कि आने वाले समय च पंजाब च इहदा जिहड़ा प्रभाव है वह पैण की संभावना हैगी है। सो असी चाहवांगे भी साडियां पंजाब दीआं बहुत वड्डियां मसले ने क्योंकि सिखां दे इन्ने मसले उलझे ने, पंजाबियां दे इन्ने मसले उलझे ने, ते साडी भाजपा नूं पंजाब दी इकाई नूं पंजाब दे सिखां ते पंजाब दे लोकां लई ते घट गिनतियां लई जिहड़े जतन ने उह अगे नालों होर वधिया करनगे तां कि इन्हां सूबियां दे अंदर भी भाजपा दा जिहड़ा आउण वाले समें च जिहड़ा उपराला है उह कामयाब होवे और आउण वाले समें च लगदा कि इहदा प्रभाव है उह जरूर पएगा। सो मेरे वल्लों सारे नूं सत श्री अकाल जी। सत श्री अकाल जी, सानूं प्रोग्राम समाप्त करन दी इजाजत दे दिओ, फिर मिलांगे इसी समय इसी चैनल ते, तद तक लई इजाजत दे दिओ, रब रखा।